biggest South Asian media group, Y Media. ਪਰ ਹੁਣ ਅਸੀਂ ਗੱਲਬਾਤ ਕਰਦੇ ਹੈਗੇ ਆ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ। ਵਾਈ ਮੀਡੀਆ ਆਫੀਸ਼ੀਅਲ ਮੀਡੀਆ ਪਾਰਟਨਰ ਹੈ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ, ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਲਗਾਤਾਰ ਤੁਹਾਡੇ ਲਈ ਕਵਰੇਜ ਜਿਹੜੀ ਉਹ ਪੇਸ਼ ਕਰ ਰਹੇ ਹਾਂ। ਓਪਨਿੰਗ ਨਾਈਟ ਦੇ ਉੱਤੇ ਵਾਈ ਮੀਡੀਆ ਦੀ ਟੀਮ ਉੱਥੇ ਮੌਜੂਦ ਸੀਗੀ, ਜਿੱਥੇ ਕਿ ਬੈਨ ਸਟਿਲਰ ਉਹਨਾਂ ਦੇ ਨਾਲ ਵਾਈ ਮੀਡੀਆ ਨੇ ਆਪਣਾ ਇੱਕ ਐਕਸਕਲੂਸਿਵ ਇੰਟਰਵਿਊ ਕੀਤਾ, ਔਰ ਕ੍ਰੈਕਰਸ ਜਿਹੜੀ ਮੂਵੀ ਹੈ ਉਹਦੇ ਪ੍ਰੀਮੀਅਰ ਵਾਸਤੇ ਬੈਨ ਸਟਿਲਰ ਇੱਥੇ ਪਹੁੰਚੇ ਹੋਏ ਸੀਗੇ। ਲਵ ਇਟ, ਆਈ ਲਵ ਇਟ, ਆਮ ਹੈਪੀ ਟੂ ਬੀ, ਇਟਸ ਬਿਊਟੀਫੁਲ ਡੇ, ਇਨਕ੍ਰੈਡੀਬਲ ਸਿਟੀ, ਇਨਕ੍ਰੈਡੀਬਲ ਫਿਲਮ ਸਿਟੀ, ਬੋਥ ਪ੍ਰੋਡਕਸ਼ਨ ਐਂਡ ਦ ਫੈਸਟੀਵਲ, ਆਈ ਮੀਨ ਓਵਰ ਦ ਈਅਰਸ ਨਾਓ ਇਟਸ ਸੋ ਮੱਚ ਆਫ ਦ ਫਿਲਮ ਇੰਡਸਟਰੀ ਹੈਜ਼ ਬੀਨ ਬੇਸਡ ਹੇਅਰ ਰੀਅਲੀ, ਐਂਡ ਟੂ ਬੀ ਐਬਲ ਟੂ ਕਮ ਬੈਕ ਹੇਅਰ, ਯੂ ਨੋ, ਵਿਦ ਅ ਮੂਵੀ, to be part of the festival is an honor, really, because it's such a great festival, and I'm so excited that we get to show the movie here, because it's this little independent movie that we did and didn't know what was going to happen with it. Yeah. And what's your favorite part of about the movie? The kids, the four boys. Yeah, being able to work with them. They never acted before on this little farm that they live in, their real home, and have that experience of watching our relationships grow together in real life and on screen was just wonderful. ਇਸ ਤੋਂ ਇਲਾਵਾ ਕਈ ਹੋਰ ਹਾਲੀਵੁੱਡ ਦੇ ਸਟਾਰ ਜਿਹੜੇ ਨੇ ਉਹ ਲਗਾਤਾਰ ਅਗਲੇ 2 ਹਫ਼ਤਿਆਂ ਤੱਕ ਇੱਥੇ ਪਹੁੰਚਣਗੇ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਵਾਈ ਮੀਡੀਆ ਦੁਆਰਾ ਸਾਰੇ ਹੀ ਪਲੇਟਫਾਰਮਸ ਦੇ ਉੱਤੇ ਇਹਦੀ ਐਕਸਕਲੂਸਿਵ ਕਵਰੇਜ ਜਿਹੜੀ ਉਹ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਯਾਦ ਦਿਲਾ ਦਈਏ ਕਿ ਵਾਈ ਪਲੱਸ ਵਾਈ ਮੀਡੀਆ ਦਾ ਜਿਹੜਾ 24/7 ਹੈ, 24 ਘੰਟੇ 7 ਦਿਨ ਚੈਨਲ ਚੱਲਦਾ ਹੈ ਇੰਗਲਿਸ਼ ਦੇ ਵਿੱਚ, ਵਾਈ ਮੀਡੀਆ ਪਲੱਸ। ਸੋ ਵਾਈ ਮੀਡੀਆ ਦਾ ਵਾਈ ਮੀਡੀਆ ਪਲੱਸ ਜਿਹੜਾ ਚੈਨਲ ਹੈ, ਇਹ ਤੁਸੀਂ ਜ਼ਰੂਰ ਹਰ IP ਬਾਕਸ ਦੇ ਉੱਤੇ ਅਵੇਲੇਬਲ ਹੈ, ਤੁਸੀਂ ਇਹਨੂੰ ਆਪਣੇ ਫੇਵਰੇਟ ਸੇਵ ਕਰ ਲਓ। ਡਿਜੀਟਲੀ ਤੁਸੀਂ ਇਹਨੂੰ ਐਪ ਦੇ ਜ਼ਰੀਏ ਵੀ ਦੇਖ ਸਕਦੇ ਹੈਗੇ ਹੋ, ਐਪ ਡਾਊਨਲੋਡ ਕਰ ਲਓ ਵਾਈ ਮੀਡੀਆ, ਉਹਦੇ ਜ਼ਰੀਏ ਵੀ ਤੁਸੀਂ ਇਹ ਦੇਖ ਸਕਦੇ ਹੈਗੇ ਹੋ, ਔਰ ਇਹਦੇ ਵਿੱਚ ਸਾਰੀ ਜਿਹੜੀ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਕਵਰੇਜ ਹੈ ਉਹ ਤੁਸੀਂ ਦੇਖ ਸਕੋਗੇ। ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਓਪਨਿੰਗ ਨਾਈਟ ਦੇ ਉੱਤੇ ਰੈੱਡ ਕਾਰਪੇਟ ਦੇ ਵਿੱਚ ਜਿੱਥੇ ਬਹੁਤ ਸਾਰੇ ਸਟਾਰ ਸੀਗੇ, ਉਸ ਤੋਂ ਇਲਾਵਾ VIP ਰਿਸੈਪਸ਼ਨ ਪਾਰਟੀ ਹੋਈ। VIP ਰਿਸੈਪਸ਼ਨ ਪਾਰਟੀ ਦੇ ਵਿੱਚ ਕੱਲ੍ਹ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕੈਨੇਡਾ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸੀਗੀਆਂ। ਵਾਈ ਮੀਡੀਆ ਦੀ ਟੀਮ ਵੀ ਇਸ VIP ਰਿਸੈਪਸ਼ਨ ਪਾਰਟੀ ਦੇ ਉੱਤੇ ਮੌਜੂਦ ਸੀਗੀਆਂ, ਤੋ ਉਹਦੀਆਂ ਤਸਵੀਰਾਂ ਔਰ ਝਲਕੀਆਂ ਅਸੀਂ ਤੁਹਾਨੂੰ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਦਿਖਾ ਰਹੇ ਹਾਂ। ਕੁਝ ਕਵਰੇਜ ਤੁਸੀਂ ਇਸ ਵੇਲੇ ਚੈਨਲ ਵਾਈ ਦੇ ਉੱਤੇ ਦੇਖ ਰਹੇ ਹੋ, ਹੋਰ ਡਿਟੇਲ ਕਵਰੇਜ ਜਿਹੜੀ ਹੈ ਉਹ ਸਾਰੀ ਦੀ ਸਾਰੀ ਤੁਸੀਂ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਵੀ ਦੇਖ ਸਕਦੇ ਹੋ। Hey, I'm Ben Stiller and you're watching Y Media, biggest South Asian media group, Y Media.